सब्सक्राइब करो NC7 न्यूज नू ते लेटेस्ट अपडेट पाउन ले प्रेस करो बेल आइकन। जहरीली शराब नू लेके पंजाब पुलिस लगातार छापेमारी कर रही है ते हुन पुलिस दी इस कारवाई दा विरोध होना शुरू हो चुका है, जिस दे चलदे लोग हुन पुलिस अते सरकार खिलाफ रोस प्रदर्शन करन लगे ने। हुन लोका वलों 20 अगस्त नू पंजाब दे कैबिनेट मंत्री विजेंद्र सिंगला दे घर दा घिराव करन दी भी धमकी दित्ती जा रही है। दस दी कि संगरूर पुलिस ने रखड़ी वाले दिन वक-वक पिंडां छापेमारी करके करीब 500 लीटर लान अते 11 लोगों नू गिरफ्तार कीता सी, पर पिंड दे लोग पुलिस दी इस कारवाई नू फर्जी दस रहे ने। ਸਾਡੇ ਚਾਰਾਂ ਪਿੰਡਾਂ ਦਾ ਅੱਜ ਇਕੱਠ ਦਾਣਾ ਮੰਡੀ ਤਖੀਪੁਰ ਦੇ ਵਿੱਚ ਹੋਇਆ ਹੈ। ਇਸ ਲਈ ਹੋਇਆ ਕਿ 3 ਅਗਸਤ ਨੂੰ ਸਾਡੇ ਪਿੰਡ ਰਖੜੀ ਵਾਲੇ ਦਿਨ ਬਹੁਤ ਹੀ ਜਿਵੇਂ ਕੋਈ ਵੱਡੇ ਅੱਤਵਾਦੀਆਂ ਨੂੰ ਛਾਪਾ ਮਾਰਨਾ ਹੁੰਦਾ, ਸਾਰੇ ਪਿੰਡ ਨੂੰ ਹੀ ਸੀਲ ਕਰਕੇ ਸ਼ਰਾਬ ਫੜੀ ਗਈ ਹੈ। ਕੋਈ ਇਸ ਗੱਲ ਨਹੀਂ ਜਿਹਦੇ 'ਚ ਫੜੀ ਗਈ ਹੈ ਜਿਹਦੀ ਨਜਾਇਜ਼ ਕੋਈ ਪਰਚਾ ਪਾ ਦੇਣ, ਕੋਈ ਸਾਨੂੰ ਡਰ ਨਹੀਂ। ਅਸੀਂ ਵੀ ਇਸ ਗੱਲ ਦੇ ਵਿਰੁੱਧ ਹਾਂ ਵੀ ਕਿਉਂ ਸ਼ਰਾਬ ਕੋਈ ਕੱਢੇ, ਕੋਈ ਕੱਢਣ ਦੀ ਲੋੜ ਵੀ ਹੈ ਨਹੀਂ। ਵਧੀਆ ਸਾਰੇ ਰੋਟੀ ਪਾਣੀ ਖਾਂਦੇ ਹਾਂ, ਵਧੀਆ ਆਪਣੇ ਆਪ ਸੈੱਟਾਂ, ਪਰ ਉਸ ਤੋਂ ਬਾਅਦ ਜਦੋਂ ਅਸੀਂ ਥਾਣੇ ਗਏ ਹਾਂ, ਇਹਨੇ ਸਾਡੇ ਸਭ ਤੋਂ ਜਿਹੜਾ ਸਾਡੇ ਦਾਦੇ ਪੜਦਾਦੇ ਜੋ ਪਾਕਿਸਤਾਨ ਦੇ ਵਿੱਚ ਆ ਸਵਰਗ ਸੁਧਾਰ ਚੁੱਕੇ ਨੇ, ਸਾਨੂੰ ਪਰਖਿਆ, ਸਾਨੂੰ ਉਸ ਗੱਲ ਦਾ ਬਹੁਤ ਹੀ ਸਾਰੇ ਹਰਿਆਣੇ ਸਣੇ ਫਿਰੋਜ਼ਪੁਰ ਸਾਰੇ ਨੂੰ ਇਸ ਗੱਲ ਦਾ ਅਫਸੋਸ ਹੈ। ਉਸ ਤੋਂ ਬਾਅਦ ਅਸੀਂ SSP ਸਾਹਿਬ ਨੂੰ ਮਿਲੇ ਹਾਂ, ਉਹਨਾਂ ਵੀ ਆਖਿਆ ਸਾਨੂੰ ਨਿਆਂ ਦਵਾਂਗੇ, ਪਰ ਸਾਨੂੰ ਅਜੇ ਤੱਕ ਕੋਈ ਨਿਆਂ ਨਹੀਂ ਮਿਲਿਆ। ਇਸ ਲਈ ਸਾਡੀ ਕਾਰਵਾਈ ਸ਼ੁਰੂ ਹੋਈ, ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਇਹ ਕਾਰਵਾਈ ਸ਼ੁਰੂ ਰਹੇਗੀ। ਉੱਥੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਪਿੰਡਾਂ ਵਿੱਚ ਜੋ ਵੀ ਕਾਰਵਾਈ ਕੀਤੀ ਗਈ ਹੈ ਉਹ ਬਿਲਕੁਲ ਸਹੀ ਹੈ। ਇਸ ਮੌਕੇ ਕਾਂਗਰਸ ਨੇਤਾ ਦਮਨ ਬਾਜਵਾ ਨੇ ਕਿਹਾ ਕਿ ਲੋਕ ਭਾਵੇਂ ਉਸ ਦਾ ਪੁਤਲਾ 100 ਵਾਰ ਫੂਕਣ, ਪਰ ਉਹਨਾਂ ਦੀ ਸਰਕਾਰ ਨਜਾਇਜ਼ ਸ਼ਰਾਬ ਵੇਚਣ ਵਾਲਿਆਂ ਦੇ ਹੱਕ ਵਿੱਚ ਖੜੀ ਨਹੀਂ ਹੋਏਗੀ। ਅਸੀਂ ਤਲਾਸ਼ੀ ਅਭਿਆਨ ਕੀਤਾ ਸੀ ਇਹਨਾਂ ਚਾਰ ਪਿੰਡਾਂ ਦਾ, ਸਪੈਸ਼ਲ ਸਰਚ ਅਭਿਆਨ ਸਬ ਡਿਵੀਜ਼ਨ ਤੋਂ ਵੀ ਫੋਰਸ ਲਈ ਸੀ, ਕੁਛ ਡਿਸਟ੍ਰਿਕਟ ਹੈੱਡਕੁਆਟਰ ਤੋਂ ਵੀ ਮੰਗਾਈ ਸੀ। ਉਹਦੇ ਦੌਰਾਨ ਸਾਨੂੰ ਕਾਫੀ ਕਾਮਯਾਬੀ ਹੋਈ, ਲਗਭਗ 18 ਮੁਕੱਦਮੇ ਦਰਜ ਹੋਏ ਸੀ। ਭਾਰੀ ਮਾਤਰਾ 'ਚ ਸ਼ਰਾਬ ਕਸੀਲ ਕਰਨ ਦਾ ਸਮਾਨ, ਲਾਹਣ ਅਤੇ ਸ਼ਰਾਬ ਨਜਾਇਜ਼ ਬਰਾਮਦ ਹੋਈ ਸੀ। ਵੱਖ ਵੱਖ ਪਾਰਟੀਆਂ ਵੱਲੋਂ 18 ਮੁਕੱਦਮੇ ਦਰਜ ਕੀਤੇ ਗਏ ਸੀ। ਇਸ ਤੋਂ ਬਿਨਾਂ ਹੋਰ ਕੋਈ ਸਰ ਇਹਨਾਂ ਪਿੰਡਾਂ ਵਿੱਚ ਵੀ ਤੁਹਾਨੂੰ ਪਤਾ ਜਿਹੜਾ ਇੱਕ ਬਹੁਤ ਹੀ ਮੰਦਭਾਗਾ ਹਾਦਸਾ ਵਾਪਰਿਆ ਪੰਜਾਬ ਵਿੱਚ ਪਿਛਲੇ ਦਿਨੀ, ਜਿਹਦੇ ਵਿੱਚ ਤਕਰੀਬਨ 125 ਲੋਕਾਂ ਦੀ ਜਾਨ ਚਲੇ ਗਈ, ਉਸ ਤੋਂ ਵੀ ਜ਼ਿਆਦਾ ਸ਼ਾਇਦ ਲੋਕਾਂ ਨੇ ਆਪਣੀ ਜਾਨ ਗਵਾ ਲਈ ਸਪੂਰੀਅਸ ਜਿਹੜੀ ਪੋਇਜ਼ਨਸ ਦਾਰੂ ਪੀਣ ਦੇ ਕਾਰਨ। ਸੋ ਉਸ ਤੋਂ ਬਾਅਦ ਸਖਤਾਈ ਕੀਤੀ ਗਈ ਪ੍ਰਸ਼ਾਸਨ ਵੱਲੋਂ, ਪੁਲਿਸ ਵੱਲੋਂ ਥਾਂ ਥਾਂ 'ਤੇ ਰੇਡਸ ਹੋਈਆਂ। ਔਰ ਇਹ ਜਿਹੜੇ ਪਿੰਡ ਨੇ ਜਿਵੇਂ ਤੁਸੀਂ ਰੱਤੋਕੇ ਦਾ ਨਾਮ ਲਿਆ, ਜਾਂ ਇਹ ਜਿਹੜੇ ਢੱਡੀਆਂ ਵਗੈਰਾ ਪਿੰਡਾਂ ਵਿੱਚ ਜਦੋਂ ਰੇਡਾਂ ਕੀਤੀਆਂ ਗਈਆਂ ਤਾਂ ਬਹੁਤ ਲੋਕਾਂ ਦੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਘਰੇ ਬਿਨਾਂ ਇਜਾਜ਼ਤ ਤੋਂ ਸ਼ਰਾਬ ਕੱਢਦੇ ਸੀ ਜਾਂ ਵੇਚਦੇ ਸੀ, ਉਹਨਾਂ ਲੋਕਾਂ ਨੂੰ ਫੜਿਆ ਗਿਆ, ਜਿਸ ਕਰਕੇ ਉਹਨਾਂ ਵਿੱਚ ਮੇਰੇ ਪ੍ਰਤੀ ਜਾਂ ਪ੍ਰਸ਼ਾਸਨ ਪ੍ਰਤੀ ਰੋਸ ਹੈ। ਪਰ ਮੈਂ ਤੁਹਾਡੇ ਇਸ ਚੈਨਲ ਰਾਹੀਂ ਆਪਣਾ ਇੱਕ ਬੜੇ ਹੀ ਹਿਊਮਿਲਟੀ ਨਾਲ ਮੈਂ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜਿਹੜਾ ਸ਼ਰਾਬ ਵਾਲਾ ਜਿਹੜਾ ਵੀ ਕਿਸੇ ਤਰੀਕੇ ਦਾ ਕੰਮ ਹੈ, ਗੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਘਰੇ ਕੱਢਣੀ ਜਾਂ ਵੇਚਣੀ ਜਾਂ ਸ਼ਰਾਬ ਦਾ ਕੋਈ ਵੀ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਹੈ, ਉਸਦਾ ਮੈਂ ਜਾਂ ਕਾਂਗਰਸ ਪਾਰਟੀ ਦਾ ਕੋਈ ਵੀ ਵਰਕਰ ਨਾ ਉਸਦਾ ਉਸਨੂੰ ਇੰਡੋਰਸ ਕਰਦਾ, ਨਾ ਅਸੀਂ ਉਸਨੂੰ ਕਿਸੇ ਤਰੀਕੇ ਨਾਲ ਅਸੀਂ ਉਸਨੂੰ ਸਪੋਰਟ ਕਰਦੇ ਹਾਂ। ਔਰ ਅਸੀਂ ਨਾ ਸਾਡੀ ਉਹਦੇ ਲਈ ਕਿਸੇ ਬੰਦੇ ਪ੍ਰਤੀ ਭਾਵੇਂ ਉਹ ਕੋਈ ਵੀ ਹੋਵੇ ਅਸੀਂ ਉਹਦੀ ਸਿਫਾਰਿਸ਼ ਨਹੀਂ ਕਰਾਂਗੇ। ਔਰ ਜੇ ਇਸਦਾ ਗੁੱਸਾ ਮੰਨ ਕੇ ਤੁਸੀਂ ਮੇਰਾ ਪੁਤਲਾ ਇਸ ਕਰਕੇ ਪੁਤਲਾ ਜਾਲ ਰਹੇ ਹੋ, ਜਲਾ ਰਹੇ ਹੋ ਜਾਂ ਮੇਰਾ ਵਿਰੋਧ ਕਰ ਰਹੇ ਹੋ ਕਿ ਮੈਂ ਤੁਹਾਡੀ ਸਿਫਾਰਿਸ਼ ਨਹੀਂ ਕੀਤੀ ਜਾਂ ਮੈਂ ਤੁਹਾਡੇ ਉੱਤੇ ਜਦੋਂ ਰੇਡਾਂ ਪੈ ਰਹੀਆਂ ਸੀ ਉਦੋਂ ਤੁਹਾਡੀ ਸ਼ਰਾਬ ਨਹੀਂ ਛਡਾਈ, ਤਾਂ ਮੈਂ ਸਮਝਦੀ ਹਾਂ ਕਿ ਤੁਸੀਂ 100 ਵਾਰ ਮੇਰਾ ਪੁਤਲਾ ਜਲਾ ਸਕਦੇ ਹੋ, ਪਰ ਗਲਤ ਕੰਮ ਵਿੱਚ ਅਸੀਂ ਨਾ ਕਿਸੇ ਦਾ ਸਾਥ ਦੇਵਾਂਗੇ ਅਤੇ ਨਾ ਹੀ ਅਸੀਂ ਕਿਸੇ ਦੀ ਸਿਫਾਰਿਸ਼ ਕਰਾਂਗੇ।